ਇਨਸਪਾਇਰ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੀਵਾਲੀ ਤੇ ਬੰਦੀ ਛੋੜ ਦਿਵਸ ਹੈ ਜਿਹਦੇ ਕਰਕੇ ਪੂਰੇ ਭਾਰਤ ਦੇ ਵਿੱਚ ਦੀਵਾਲੀ ਮਨਾਈ ਜਾ ਰਹੀ ਹੈ। ਪਿੱਛੇ ਜੇ ਕਈ ਸਾਰੇ ਪੰਜਾਬੀ ਸਿੰਗਰ ਤੇ ਅਦਾਕਾਰ ਤੇ ਪੰਜਾਬੀ ਖਿਡਾਰੀ ਜਿਨ੍ਹਾਂ ਦੀ ਕੇ ਮੌਤ ਹੋ ਗਈ ਸੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਸੀ ਤਾਂ ਉਹਨਾਂ ਕਰਕੇ ਅੱਜ ਬੱਬੂ ਮਾਨ ਜੋ ਕੇ ਪੰਜਾਬੀ ਸਿੰਗਰ ਨੇ ਇਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਹੈ। ਜਿਹਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਦੀਵਾਲੀ ਜਿਹੜੀ ਉਹ ਕਾਲੀ ਮਨਾਈ ਜਾਵੇ ਕਿਉਂਕਿ ਜਿਹੜੇ ਗੱਬਰੂ ਪੰਜਾਬ ਨੂੰ ਅਲਵਿਦਾ ਕਹਿ ਗਏ ਉਹਨਾਂ ਦੇ ਕਰਕੇ ਇਹ ਜਿਹੜੀ ਦੀਵਾਲੀ ਇਸ ਵਾਰ ਕਾਲੀ ਮਨਾਉਣੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਪੋਸਟ ਪਾਈ ਹੈ ਜਿਹਦੇ ਵਿੱਚ ਉਹ ਕਹਿੰਦੇ ਆ ਵਿਛੜੇ ਗੱਬਰੂਆਂ ਦਾ ਅਫਸੋਸ ਹੈ ਬੰਦੀ ਸਿੰਘ ਰਹਾ ਨਹੀਂ ਹੋਏ ਰੋਸ ਹੈ ਲਿਖਤਾਂ ਨਾਲ ਤੋੜਾ ਲਾਵਾਂਗੇ ਐਤਕੀ ਦੀਵਾਲੀ ਕਾਲੀ ਮਨਾਵਾਂਗੇ ਬੇਈਮਾਨ ਤਾਂ ਇਹ ਪੋਸਟ ਬੱਬੂ ਮਾਨ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਦੀਪ ਸਿੱਧੂ ਦੇ ਹੱਕ ਵਿੱਚ ਕਹੀ ਹੈ ਕਿਉਂਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਉਹਨਾਂ ਦੀ ਇਹ ਅਪੀਲ ਆਪਾਂ ਨੂੰ ਮੰਨਣੀ ਚਾਹੀਦੀ ਹੈ ਬਾਕੀ ਤੁਹਾਡੇ ਸਭ ਦੇ ਇਸ ਦੇ ਸੰਬੰਧ ਵਿੱਚ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ